ਦੇਖੋ ਜਿਹੜੇ ਜੇ ਤਾਂ ਬੇਹੋਸ਼ ਹੋ ਰਹੇ ਆ ਇਹ ਤਾਂ ਜ਼ਿਆਦਾਤਰ ਜ਼ਿਆਦਾ ਅਮੋਨੀਆ ਗੈਸ ਨਾਲ ਹੀ ਬੇਹੋਸ਼ ਹੁੰਦੇ ਆ ਮੈਂ ਠੀਕ ਹੈ ਤੇ ਬਾਕੀ ਹਲੇ ਪਤਾ ਨਹੀਂ ਲੱਗ ਰਿਹਾ ਤੇ ਕਰਕੇ ਇਲਾਕਾ ਕਿਹੜਾ ਵਾ ਕਿੰਨੇ ਕ ਬੰਦੇ ਜਿਹੜੇ ਬੇਹੋਸ਼ ਜੱਟ ਸੂਆ ਰੋਡ ਤੇ ਹੈ ਜੀ ਗੈਸ ਪੂਰਾ ਗੈਸ ਪੂਰਾ 10 ਤੋਂ 12 ਬੰਦੇ ਕਹਿ ਰਹੇ ਨੇ ਡੈਥ ਹੋ ਗਈ ਹੈ ਹਾਂਜੀ ਹਸਪੀਟਲ ਭੇਜਦੇ ਬਾਕੀ ਉੱਥੇ ਪਤਾ ਲੱਗੂ ਸੀਲ ਕਰਤਾ ਹੁਣ ਲੱਕ ਹਾਂਜੀ ਬਾਕੀ ਦੋਨੇ ਬੰਨੇ ਪੁਲਿਸ ਵਾਲੇ ਸੀਲ ਕਰ ਚੁੱਕੇ ਸਰ ਪੁਲਿਸ ਵਾਲੇ ਵੀ ਕਹਿੰਦੇ ਬੇਹੋਸ਼ ਹੋਏ ਸੀਗੇ सर वो गैस का असर हो रहा है ना उसके करके है क्या इन्फॉर्मेशन है आपके पास हमको यही इन्फॉर्मेशन मिला है कि लुधियाना में कहीं जो लोकेशन मिला है कि गैस लीकेज हो गई है और वहाँ पर कुछ कैजुअलिटी वगैरह हुई है तो अभी हम आकर के यहाँ पर कार्रवाई करेंगे अभी किस तरह की कार्रवाई आप करने जा रहे हो सबसे पहले मेरी टीम आएगी हम स्टेजिंग एरिया करेंगे उसके बाद यहाँ पर चेक करेंगे आले से किस गैस कौन सी लीकेज हुई है उसके बाद हम अगली कार्रवाई करेंगे कैजुअलिटी पता चला कितनी कैजुअलिटी कुछ अभी अभी तक तो बताया था 6 जैसे बताया था लेकिन अभी ये नहीं मालूम है कितना है अंदाजा लग पाया कि कौन सी गैस है अभी आप खड़े हो जहाँ पे स्मेल आ रहा है चेक करेंगे हमारे पास है आले हैं ਜਸਪਾਲ ਸਿੰਘ ਗਿਆਸਪੁਰਾ ਜੀ ਅਪੋਜੀਸ਼ਨ ਲੀਡਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਇਹ ਸਾਡਾ ਗਿਆਸਪੁਰ ਦਾ ਇਲਾਕਾ ਜੀ ਪਿੰਡ ਦਾ ਇਹ 33 ਫੁੱਟਾ ਰੋਡ ਇਹਨੂੰ ਕਿਹਾ ਜਾਂਦਾ ਜੀ ਹਾਂਜੀ ਸਰ ਇਹ ਕੀ ਹੋਇਆ ਤੁਹਾਡਾ ਦੱਸ ਦਿਓ ਕਿਹੜੀ ਗੈਸ ਹੈਗੀ ਹੈ ਕੁਛ ਜੀ ਗੈਸ ਇੱਥੇ ਇੱਕ ਦੁੱਧ ਵੇਚਣ ਵਾਲੇ ਨੇ ਜੀ ਗੈਸ ਦੇ ਵਿੱਚ ਓਇਲ ਕੋਲਡ ਡਰਿੰਕਸ ਵਾਲੇ ਉਹਨਾਂ ਦੇ ਵਿੱਚ ਵੱਡੇ ਵੱਡੇ ਉਹਨਾਂ ਕੋਲ ਫ੍ਰਿਜਰਸ ਨੇ ਉਹਨਾਂ ਦੇ ਪਰਿਵਾਰ ਦੇ ਹੀ ਕੁਛ ਮੈਂਬਰਸ ਦਾ ਹਾਦਸਾ ਹੋਇਆ ਉਹਨਾਂ ਦੀ ਡੈਥ ਹੋਈ ਹੋਈ ਹੈ ਮੈਨੂੰ ਲੱਗਿਆ ਵੀ ਉਹਨਾਂ ਦੀ ਗੈਸ ਦੀ ਲੀਕ ਨਾਲ ਸਾਰੀ ਪ੍ਰੋਬਲਮ ਆਈ ਹੈ ਉੱਥੇ ਹੀ ਜ਼ਿਆਦਾ ਗੈਸ ਹੈ ਉੱਥੇ ਖੜਨਾ ਵੀ ਮੁਸ਼ਕਲ ਹੈ ਖੜਨਾ ਰਿਸਕੀ ਹੈ ਮੈਂ ਬਲਕਿ ਮੈਂ ਤੇ ਐਮਐਲਏ ਸਾਹਿਬ ਵੀ ਪਿੱਛੇ ਖੜੇ ਹਾਂ ਸਰ ਕਿੰਨੀ ਕੁ ਡੈਥ ਆਉਂਦਾ 12 ਲੋਕਾਂ ਦੀ ਡੈਥ ਆ ਤੇ ਬਹੁਤ 7:45 ਮਿੰਟ ਦੀ ਗੱਲ ਹੈ ਜਦੋਂ ਅਸੀਂ ਇੱਥੋਂ ਨਿਕਲਦੇ ਸੀ ਤੇ ਬੰਦੇ ਇੱਥੇ ਡੇਗ ਪਏ ਉਹ ਬੇਹੋਸ਼ ਹੋ ਗਏ ਸੀਗੇ ਉਹਨਾਂ ਨੂੰ ਚੁੱਕ ਕੇ ਅਸੀਂ ਸਿਵਲ ਹਸਪਤਾਲ ਪਹੁੰਚਾਇਆ ਤੇ ਜਿਹੜੇ ਘਰਾਂ ਦੇ ਵਿੱਚ ਸੀਗੇ ਜਿਵੇਂ ਆਰਤੀ ਕਲੀਨਿਕ ਵਾਲੇ ਤੇ ਇਹ ਅੰਦਰ ਹੋ ਗਏ ਸੀਗੇ ਤੇ ਐਂਬੂਲੈਂਸ ਆ ਗਈ ਸੀ ਉਹਦੇ ਰਾਹੀਂ ਅਸੀਂ ਸਿਵਲ ਹਸਪਤਾਲ ਪਹੁੰਚਾਏ ਗਏ ਇਹ ਪਤਾ ਕਿੱਦਾਂ ਲੱਗਾ ਜੀ ਤੁਰੇ ਜਾ ਰਹੇ ਸੀਗੇ ਗਸਤ ਕਰਦੇ ਸੀ ਤੁਸੀਂ ਡਿਊਟੀ ਕਰਦੇ ਸੀਗੇ ਡਿਊਟੀ ਦੇ ਸੀਗੇ ਜੋਨ ਇੰਚਾਰਜ ਹਾਂ ਮੈਂ ਜੀ ਅੱਛਾ ਅੱਛਾ ਤੇ ਮੁਲਾਜ਼ਮ ਵੀ ਕੋਈ ਹੋਏ ਬੇਹੋਸ਼ ਹਾਂ ਇੱਕ ਨੂੰ ਗੈਸ ਚੜੀ ਸੀਗੀ ਉਹ ਨੇੜੇ ਕਲੀਨਿਕ ਤੋਂ ਉਹਨੂੰ ਬੀਪੀ ਵਗੈਰਾ ਉਹਦਾ ਵਧ ਗਿਆ ਸੀਗਾ ਬਾਕੀ ਠੀਕ ਹੈ ਦੇਖੋ ਜਿਹੜੇ ਜੇ ਤਾਂ ਬੇਹੋਸ਼ ਹੋ ਰਹੇ ਆ ਇਹ ਤਾਂ ਜ਼ਿਆਦਾਤਰ ਜ਼ਿਆਦਾ ਅਮੋਨੀਆ ਗੈਸ ਨਾਲ ਹੀ ਬੇਹੋਸ਼ ਹੁੰਦੇ ਆ ਮੈਂ ਠੀਕ ਹੈ ਤੇ ਬਾਕੀ ਹਲੇ ਪਤਾ ਨਹੀਂ ਲੱਗ ਰਿਹਾ ਤੇ ਕਰਕੇ ਇਲਾਕਾ ਕਿਹੜਾ ਵਾ ਕਿੰਨੇ ਕ ਬੰਦੇ ਜਿਹੜੇ ਬੇਹੋਸ਼ ਜੱਟ ਸੂਆ ਰੋਡ ਤੇ ਹੈ ਜੀ ਗੈਸ ਪੂਰਾ ਗੈਸ ਪੂਰਾ 10 ਤੋਂ 12 ਬੰਦੇ ਕਹਿ ਰਹੇ ਨੇ ਡੈਥ ਹੋ ਗਈ ਹੈ ਹਾਂਜੀ ਹਸਪੀਟਲ ਭੇਜਦੇ ਬਾਕੀ ਉੱਥੇ ਪਤਾ ਲੱਗੂ ਸੀਲ ਕਰਤਾ ਹੁਣ ਲੱਕ ਹਾਂਜੀ ਬਾਕੀ ਦੋਨੇ ਬੰਨੇ ਪੁਲਿਸ ਵਾਲੇ ਸੀਲ ਕਰ ਚੁੱਕੇ ਸਰ ਪੁਲਿਸ ਵਾਲੇ ਵੀ ਕਹਿੰਦੇ ਬੇਹੋਸ਼ ਹੋਏ ਸੀਗੇ सर वो गैस का असर हो रहा है ना उसके करके है जी क्या इन्फॉर्मेशन है आपके पास हमको यही इन्फॉर्मेशन मिला है कि लुधियाना में कहीं जो लोकेशन मिला है कि गैस लीकेज हो गई है और वहाँ पर कुछ कैजुअलिटी वगैरह हुई है तो अभी हम आकर के यहाँ पर